ਤਾਰਫ ਕਰਵਾਉਣਾ ਚਾਹੁੰਦਾ। ਮੈਂ ਤੇ ਘਰੋਂ ਨਾ ਤਿਆਰੀ ਕਰਕੇ ਆਇਆ ਸਾਂ ਕਿ ਅੱਜ ਮੇਰੇ ਕਲੰਦਰ ਬਾਗ ਦੇ ਵਿਹੜੇ ਦੇ ਵਿੱਚ ਨਾ ਮੈਂ ਇਹਨਾਂ ਦੇ ਵੀ ਮੁਰਸ਼ਿਦਾਂ ਦੀ ਅੱਜ ਤਿੰਨ ਸ਼ਬਾਨ ਹੈ ਤੇ ਅੱਜ ਮੌਲਾ ਹੁਸੈਨ ਦੀ ਆਮਦ ਦਾ ਦਿਨ ਹੈ। ਅੱਜ ਇਮਾਨਪੁਰਾ ਦੀ ਗੱਲ ਜੇ ਅਰਸ਼ਾਂ ਫਰਸ਼ਾਂ ਵਿੱਚ ਰੌਣਕਾਂ ਲੱਗੀਆਂ ਜੇ ਹਰ ਫਕੀਰ ਆਪਣੇ ਅੰਦਰ ਨਾਰੇ ਮਾਰ ਮਾਰ ਕੇ ਲੁਟੀਆਂ ਪਾ ਪਾ ਕੇ ਤੇ ਦੁਆਵਾਂ ਦਿੰਦੇ ਨੇ ਫਿਰ ਕਿ ਮੌਲਾ ਤੇਰਾ ਲੱਖ ਦੇ ਸ਼ਾਨ ਨੇ ਸਾਨੂੰ ਮੁਰਸ਼ਦ ਦਿੱਤਾ ਹੀ ਹੁਸੈਨ ਵਰਗਾ, ਸਾਨੂੰ ਮੁਰਸ਼ਦ ਦਿੱਤਾ ਹੈ ਅੱਲਾ ਨੇ ਹੁਸੈਨ ਵਰਗਾ। ਤੇ ਜਿੱਦਾਂ ਹੁਸੈਨ ਵਰਗਾ ਮੁਰਸ਼ਦ ਹੋਵੇ ਨਾ ਤੇ ਹੁਸੈਨ ਬਾਦਸ਼ਾਹ ਸਿਰਫ ਇਹਨੇ ਅੱਜ ਨੇ ਕਰਮਾ ਲਿਆ ਮੇਰੀ ਕੋਈ ਨਜ਼ਾਰ ਨਹੀਂ, ਰਜ਼ਾਏ ਮੇਰੇ ਯਾਰ ਦੀ ਮੈਨੂੰ ਸਜਦੇ 'ਚ ਜਾ ਲੈਣ ਦੇ ਤੇ ਫਿਰ ਸਿਰ ਵੀ ਚਾਹੀਦੇ ਤੇ ਲੈ ਜਾਏ। ਇਹ ਸਾਡਾ ਸਜਦਾ ਗਾ ਮੌਲਾ ਹੁਸੈਨ ਬਾਦਸ਼ਾਹ ਨੇ ਆਪ ਸਰ ਨਵਾ ਕੇ ਆਪ ਸਰ ਦਿੱਤਾ, ਯਜ਼ੀਦ ਦੀ ਜ਼ਰੂਰਤ ਕੋਈ ਨਹੀਂ ਸੀ। ਇਮਾਨ ਪੂਰਾ ਨਹੀਂ ਗੱਲ ਹੱਦ ਹੀ ਨਹੀਂ ਹੁਸੈਨ ਤੇਰੇ ਇੰਤਕਾਮ ਕੀ, ਲਫ਼ਜ਼ ਯਜ਼ੀਦ ਗਾਲੀ ਸੇ ਬਦਤਰ ਬਣਾ ਦਿਆ। ਉਹਨੇ ਸਾਨੂੰ ਸਿਰਫ ਦੱਸਿਆ ਯੇ ਵੇਖ ਕੇ ਸੋਨਿਆ ਫਕੀਰ ਦੇ ਵਿਹੜੇ 'ਚ, ਇਮਾਨ ਪੂਰਾ ਨਹੀਂ ਗੱਲ ਹੈ, ਮੈਂ ਆਸ਼ਕਾਂ ਦੀ ਨਮਾਜ਼ ਦੱਸਣ ਲੱਗਾ ਦੂਜੀ ਨਹੀਂ, ਫਕੀਰ ਦੇ ਵਿਹੜੇ 'ਚ ਨਮਾਜ਼ ਪਤਾ ਕਿਹੜੀ ਹੈ, ਕੰਨਾਂ ਨੂੰ ਹੱਥ ਲਾਉਣੇ, ਹੱਥ ਜੋੜਨੇ ਤੇ ਸਜਦਾ ਕਰਨਾ। ਇਹ ਜਿਹਨੂੰ ਆ ਜਾਏਗਾ ਨਾ ਇਮਾਨ ਪੂਰਾ ਨਹੀਂ ਹੋਈ ਫਕੀਰ, ਇਹ ਅਬੀ ਜੀ ਨੂੰ ਮੇਰੇ ਮਾਲਕ ਕੋਲ ਜਾਂਚਾ, ਇਹ ਇਹ ਤੋਬਾ ਦਾ ਤੇ ਇਹ ਉਫ ਕਰਨ ਦੀ ਜ਼ਰੂਰਤ ਨਹੀਂ। ਜ਼ਿਕਰ ਸਰਕਾਰ ਦਾ ਜਸ਼ਨ ਅੱਜ ਮੌਲਾ ਹੁਸੈਨ ਬਾਦਸ਼ਾਹ ਦੇ ਤੇ ਮੇਰੇ ਪਾਕ ਕਲੰਦਰ ਦੇ ਸਵੇਸ਼ਾ ਬਾਦਸ਼ਾਹ ਦਾ ਸ਼ਹਿਨਸ਼ਾਹ ਦਾ ਕਿਤੇ ਵਿਹੜਾ ਹੈ ਅਤੇ ਅਸੀਂ ਇੱਥੇ ਸਿਰਫ ਦੁਆ ਦੇਣ ਵਾਸਤੇ ਉਹਨਾਂ ਦਾ ਵਿਹੜਾ ਵਸਦਾ ਰਹਿੰਦਾ ਅਤੇ ਪੰਜ ਤੱਕ ਬਾਅਦ ਤੁਹਾਨੂੰ ਆਬਾਦ ਰੱਖਣ ਸਲਾਮਤ ਰਹੋ। ਬਿਹਾਰਲ ਅਨਵਾਰ ਕਿਤਾਬ ਜਿਲਦ ਨੰਬਰ 2, ਬਿਹਾਰਲ ਅਨਵਾਰ ਕਿਤਾਬ ਜਿਲਦ ਨੰਬਰ 2, ਮੌਲਾ ਹੁਸੈਨ ਦੁਨੀਆ 'ਤੇ ਤਸ਼ਰੀਫ ਲਿਆਏ ਨੇ ਜੰਮੇ ਨਹੀਂ। ਵਾਹ ਵਾਹ ਲੋ ਅੱਛਾ ਜੀ, ਇਹ ਜੰਮਦੇ ਨਹੀਂ। ਹਾਂਜੀ ਕੁਆਲੀ ਨਾ ਜੰਮਦੇ ਨੇ ਬੰਦੇ, ਆ ਜੰਮਣਾ ਤੇਰਾ ਮੇਰਾ ਜਿਸ ਥਾਂ ਤੇ ਬੱਚਾ ਜੰਮੇ ਚਾਹੀਦਾ। ਕੁਆਲੀ ਸਟਾਰਟ ਹੋਈ ਏ 40 ਦਿਨ ਮਾਂ ਪਲੀ ਕੁਆਲੀ ਕੁਆਲੀ ਅਰਸ਼ਾ ਪਲੀ ਉਹ ਤੋਂ ਮੁਹੰਮਦ ਵਾਲੇ ਕੁਆਲੀ ਸਟਾਰਟ ਹੋਈ ਏ। ਇਧਰ ਮੌਲਾ ਹਸਨ ਦੀ ਆਮਦ ਹੋਈ ਏ, ਇਧਰ ਸ਼ੁਕਰੀਆ ਅਦਾ ਕੀਤਾ ਸਜਦੇ 'ਚ ਪਾਕ ਬੀਬੀ ਨੇ। ਕੁਆਲੀ ਹੋ ਰਹੀ ਏ ਸੁਭਾਨ, ਜਿਨ੍ਹਾਂ ਦੀ ਵਿਲਾਦਤ ਹੋਵੇ ਉਹ ਕਿਸੇ, ਕਿਉਂਕਿ ਇਨਾ ਮਾ ਯੁਰੀਦੁੱਲਾਹ ਲੈ ਯਜ਼ਹਬਾ ਮਿਹਰਬਾਨੀ ਸਾਡੇ ਕੋਲ ਨੌਕਰੀ ਲਈ ਗਈ ਤੇ ਮੌਲਾ ਹੁਸੈਨ ਦੁਨੀਆ ਤੇ ਤਸ਼ਰੀਫ ਲਿਆਏ। ਕੁਦਰਤ ਨਾਮੀ ਫਰਿਸ਼ਤਾ ਹੈ, ਖੁਦਾ ਦੀ ਬੇਅਮਰੀ ਕੀਤੀ ਅੱਲਾ ਨੇ, ਕਰ ਚਲਾ ਕੇ ਜ਼ਮੀਨ ਤੇ ਛੁੱਟ ਦਿੱਤਾ ਅੱਜ ਦੇ ਦਿਨ ਦਾ ਕਸੀਦਾ ਮੈਂ ਪੇਸ਼ ਕਰ ਰਿਹਾ ਜਨਾਬ, ਤਵੱਜੋ ਰੱਖਣੀ। ਫੁਤਰਸ ਮੂੰਹ ਤੇ ਸੁਣ ਲਿਆ ਅੱਲਾ ਦੀ ਤਸਬੀਹ ਕਰਦੇ ਸਭ ਫਰਿਸ਼ਤੇ ਜਾ ਰਹੇ ਨੇ ਉਸ ਦਰਵਾਜ਼ੇ ਤੇ ਜਿੱਥੇ ਕਿੰਦਰ ਆਵੇ ਦੁਰ ਬਣ ਜਾਂਦਾ ਹੈ, ਆਸੀ ਆਵੇ ਹੋਰ ਬਣ ਜਾਂਦਾ ਹੈ, ਆਸੀ ਆਵੇ ਹੋਰ ਬਣ ਜਾਂਦਾ ਹੈ। ਤੇ ਮੌਲਾ ਹੁਸੈਨ ਬਾਦਸ਼ਾਹ ਮੂੰਹ ਤੇ ਸੁਣ ਲਿਆ ਅੱਲਾ ਦੀ ਤਸਬੀਹ ਕਰਦੇ ਸਾਰੇ ਫਰਿਸ਼ਤੇ ਆ ਰਹੇ ਨੇ, ਫੁਤਰਸ ਪੁੱਛਦਾ ਮੇਰੀ ਬਰਾਦਰੀ ਏਡੀ ਖੁਸ਼ ਹੋ ਕੇ ਕਿੱਥੇ ਜਾ ਰਹੀ ਹੈ, ਉਹਨਾਂ ਆਖਿਆ ਅਸੀਂ ਜਾ ਰਹੇ ਹਾਂ ਪਾਕ ਰਸੂਲ ਦੇ ਪਾਕ ਦਰਵਾਜ਼ੇ ਤੇ। ਸੁਭਾਨ ਅੱਲਾਹ, ਪਾਕ ਰਸੂਲ ਦੇ ਪਾਕ ਦਰਵਾਜ਼ੇ ਤੇ ਉੱਥੇ ਜਾ ਰਹੇ ਹਾਂ। ਕਿਉਂ? ਅੱਲਾ ਨੇ ਉਹਨੂੰ ਹੁਸੈਨ ਅਤਾ ਕੀਤਾ ਹੈ, ਅੱਜ ਤਿੰਨ ਸ਼ਬਾਨ ਨੇ, ਅੱਜ ਵੀ ਤਿੰਨ ਸ਼ਬਾਨ ਨੇ, ਅੱਜ ਵੀ ਤਿੰਨ ਸ਼ਬਾਨ ਨੇ ਤੇ ਮੌਲਾ ਹੁਸੈਨ ਬਾਦਸ਼ਾਹ ਅਤਾ ਹੋਏ ਨੇ, ਅੱਜ ਅਬਦਲ ਪਾਕ ਦਾ ਗੁਲਦਸਤਾ ਮੁਕੰਮਲ ਹੋਇਆ, ਅੱਜ ਪੰਜ ਤਨੀ ਦਸਤਾ ਮੁਕੰਮਲ ਹੋ ਗਿਆ। ਉਹ ਸਾਰੇ ਫਰਿਸ਼ਤੇ ਨੇ ਕਿਹਾ ਚਲੋ ਬਈ ਮੈਨੂੰ ਵੀ ਲੈ ਚਲੋ, ਮੁਸ਼ਕਿਲ ਕੁਸ਼ਾ ਦਾ ਵਿਹੜਾ, ਮੈਂ ਵੀ ਜਾ ਕੇ ਆਪਣੀ ਹਾਜ਼ਰ ਰਵਾਈ ਕਰਵਾ ਲਾ। ਜਾ ਕੇ ਅਰਜ਼ ਕੀਤੀ, ਸਾਰੇ ਫਰਿਸ਼ਤੇ ਆਪਣੇ ਆਪਣੇ ਮੁਬਾਰਕ ਦਿੱਤੀ, ਇਨਾਮ ਲੈ ਲਾਈਨ 'ਚ ਖੜੇ ਹੋ ਗਏ, ਵਾਰੀ ਆ ਗਈ ਫੁਤਰਸ ਦੀ, ਪਰ ਕੋਈ ਨਹੀਂ ਮੁਬਾਰਕ ਦਿੱਤੀ ਤੇ ਆਖਣ ਲੱਗਾ ਸਰਕਾਰ ਫਰਮਾਉਂਦੇ ਨੇ, ਫੁਤਰਸ ਚੁੱਪ ਹੋ ਗਿਆ ਮੁਬਾਰਕ ਦੇ ਕੇ। ਸਰਕਾਰ ਪੁੱਛਦੇ ਨੇ ਫੁਤਰਸ ਉਹ ਮੇਰੇ ਹੁਸੈਨ ਦੀ ਮੁਬਾਰਕ ਦਿੱਤੀ ਆ ਤੇ ਮੇਰੇ ਕੋਲੋਂ ਮੰਗਿਆ ਕੁਝ ਨਹੀਂ ਆ, ਨਜ਼ਰਾਂ ਨੀਵੀਆਂ ਕਰਕੇ ਹੱਥ ਜੋੜ ਕੇ ਅਕੀਦਤ ਨਾਲ ਆਉਂਦਾ ਮੌਲਾ, ਜੇ ਤੇਰਾ ਦੇ ਤੇ ਇਸ ਜੋੜੀ ਦਾ ਸਦਕਾ ਕਰਕੇ ਮੇਰੇ ਪਰ ਸਲਾਮਤ ਕਰ ਦਿਓ, ਇਸ ਜੋੜੀ ਦਾ ਸਦਕਾ ਕਰਕੇ ਮੇਰੇ ਪਰ ਸਲਾਮਤ ਕਰ ਦਿਓ। ਸਰਕਾਰ ਫਰਮਾਉਂਦੇ ਨੇ ਫੁਤਰਸ ਤੇਰੇ ਤੇ ਅੱਲਾ ਨਾਰਾਜ਼ ਹੈ, ਜਿੱਥੇ ਅੱਲਾ ਨਾਰਾਜ਼ ਹੋਵੇ ਉੱਥੇ ਨਬੀ ਨਾਰਾਜ਼ ਹੁੰਦਾ, ਮੈਂ ਤੇਰੇ ਤੇਰੇ ਪਰ ਨਹੀਂ ਦੇ ਸਕਦਾ। ਅਜੇ ਇਹ ਹਜ਼ੂਰ ਦੀ ਪਾਕ ਜ਼ੁਬਾਨ ਦੇ ਵਿੱਚ ਇਰਸ਼ਾਦ ਹੈ, ਪਰਦੇ ਦੇ ਵਿੱਚੋਂ ਆਵਾਜ਼ ਆਈ ਬਾਬਾ ਜੀ ਅੱਜ ਫਿਤਰਸ ਨੂੰ ਖਾਲੀ ਨਾ ਗੱਲਿਓ ਕਿਉਂਕਿ ਮੇਰੇ ਹੁਸੈਨ ਦਾ ਪਹਿਲਾ ਸਵਾਲ ਹੈ। ਅਸੀਂ
ਉਹਨਾਂ ਦੇ ਦਰਵਾਜ਼ੇ ਤੇ ਬੈਠਿਆ ਕਿ ਜਿਨ੍ਹਾਂ ਦਾ ਪਹਿਲਾ ਨੌਕਰ ਹੀ ਜਬਰੀਲ ਫਰਿਸ਼ਤਾ ਜੇ ਪੁੱਤਰ ਸੁਲਤਾ ਤੇ ਮੌਲਾ ਹੁਸੈਨ ਬਾਦਸ਼ਾਹ ਨੇ ਸਰਕਾਰ ਫਰਮਾਉਂਦੇ ਨੇ ਪੁੱਤਰ ਜਾ ਮੇਰੇ ਹੁਸੈਨ ਦੇ ਪੀਂਗੇ ਨਾਲ ਪਰਮਸ ਕਰ ਮੇਰੇ ਹੁਸੈਨ ਦੇ ਪੀਂਗੇ ਨਾਲ ਪਰਮਸ ਕਰ ਹੁਸੈਨ ਦੇ ਪੀਂਗੇ ਨਾਲ ਪਰਮਸ ਕੀਤੇ ਤੇ ਅੱਗੇ ਨਾਲੋਂ ਜ਼ਿਆਦਾ ਪ੍ਰਵਾਸ ਕਰਨ ਵਾਲੇ ਪਰ ਮਿਲ ਗਏ ਉਹ ਸਾਰੇ ਫਰਿਸ਼ਤੇ ਪਿੱਛੇ ਤੇ ਪੁੱਤਰ ਅੱਗੇ ਜਾ ਰਹੇ ਉਹ ਫਰਿਸ਼ਤੇ ਪੰਡ ਨੇ ਪੁੱਤਰ ਉਹ ਬੜੀ ਦੇਰ ਬਾਅਦ ਪਰ ਮਿਲੇ ਨੇ ਕੀ ਗੱਲ ਖੁਸ਼ੀ ਨਾਲ ਅੱਗੇ ਜਾ ਰਿਹਾ ਮੈਂ ਆਖਿਆ ਨਹੀਂ ਤੁਸੀਂ ਉੱਡਦੇ ਹੋ ਪਰ ਖੁਦਾ ਦੀ ਅਤਾ ਨਾਲ ਮੈਂ ਉੱਡ ਰਿਹਾ ਹੁਸੈਨ ਦੀ ਦੁਆ ਦੁਆ ਕਰੋ ਅੱਜ ਮੌਲਾ ਹੁਸੈਨ ਦਾ ਸਦਕਾ ਅੱਜ ਦੀ ਉਹਨਾਂ ਦੀ ਆਮਦ ਜ਼ਹੂਰ ਦਾ ਸਦਕਾ ਅੱਜ ਜਿੰਨੇ ਵੀ ਅਸੀਂ ਆਏ ਹਾਂ ਤਨ ਤਨ ਪਾਕ ਉਹ ਸਾਰੇ ਜੋਰੀਆਂ ਵਰ ਕੇ ਜਾ ਆਮੀਨ ਪਾਕ ਫਕੀਰ ਦੇ ਵੇੜੇ 'ਚ ਤੇ ਜੇ ਜੋ ਜੋ ਵੀ ਇਹਨਾਂ ਇੱਥੋਂ ਮਾਲਕ ਇੰਜ ਦੀ ਖੈਰ ਪਾਣ ਕਿ ਸਦਾ ਬਾਦ ਰਹੇ ਸਦਾ ਬਾਦ ਰਹੇ ਉਹ ਮੌਲਾ ਹੁਸੈਨ ਬਨ ਸਦਾ ਨੌਕਰ ਆ ਤੂੰ ਵੀ ਮੰਗ ਲੈ ਤੇਰੇ ਸ਼ਬੀਰ ਸੇ ਸ਼ਫਾ ਹੁਕਮਤ ਮੇਰੇ ਹੁਸੈਨ ਕੀ ਵਸੀਓ ਅਰੀਜ਼ ਹੈ ਇਤਨਾ ਬੜਾ ਤਬੀਬ ਹੈ ਜ਼ਹਰਾ ਕਾ ਲਾਡਲਾ ਫੁਤਰਸ ਮੇਰੇ ਹੁਸੈਨ ਕਾ ਪਹਿਲਾ ਮਰੀਜ਼ ਹੈ ਸੁਭਾਨ ਅੱਲਾਹ ਫੁਤਰਸ ਮੇਰੇ ਹੁਸੈਨ ਕਾ ਪਹਿਲਾ ਮਰੀਜ਼ ਹੈ ਉਸ ਫੁਤਰਸ ਨੂੰ ਜਦੋਂ ਪਰ ਮਿਲੇ ਨਾ ਅੱਜ ਦੇ ਦਿਨ ਇਮਾਨ ਕੁਰਾਨੀ ਉਹਨਾਂ ਦਾ ਵਾਸਤਾ ਪਾ ਕੇ ਅੱਜ ਦੇ ਦਿਨ ਜੋ ਮੰਗੋ ਨਾ ਮਿਲੇ ਮੈਂ ਹਾਸਲ ਪਰ ਸੋਹਣਿਆ ਉਹਨੇ ਆਖਿਆ ਸੀ ਕਿ ਜੇ ਮੰਗਣ ਦੀ ਜਾਂਚ ਨਾ ਹੋਵੇ ਤੇ ਮਾਲਕਾਂ ਦੇ ਗਿਲੇ ਨਹੀਂ ਕਰੀ ਮੰਗਣ ਦੀ ਜਾਂਚ ਨਾ ਹੋਵੇ ਤੇ ਮਾਲਕਾਂ ਦੇ ਗਿਲੇ ਤੇ ਉਸ ਫੁਤਰਸ ਨੇ ਹੱਥ ਉਠਾ ਕੇ ਅੱਜ ਸਾਰੇ ਕਾਇਨਾਤ ਦੇ ਵਿੱਚ ਐਲਾਨ ਕੀਤਾ ਆਓ ਮੇਰੇ ਨਾਲ ਪੰਤਨ ਪਾਕ ਦੇ ਵੇੜੇ ਨੂੰ ਦੁਆ ਤੇ ਦੇਈਏ ਅੱਜ ਅਸੀਂ ਰਲ ਕੇ ਮੌਲਾ ਹੁਸੈਨ ਬਾਦਸ਼ਾਹ ਦੀ ਦੁਆ ਦੇਈਏ ਹੈ ਤੇਰੀ ਮਸਤੀ ਸਰਕਾਰ ਖਿਆਲ ਕਰਦੇ ਨੇ ਜੇ ਸਿਰ ਚਾਵਾਂ
ਹੁਸੈਨ ਨਾਰਾਜ਼ ਨਾ, ਜੇ ਸਿਰ ਨਾ ਜਾਵਾਂ ਤੇ ਅੱਲਾ ਨਾਰਾਜ਼ ਨਾ। ਅਜੇ ਇਹ ਉਹ ਆਕਾ ਨੂੰ ਆਈ ਤਲੀ ਨਹੀਂ ਕਿ ਪੈਗਾਮ ਘੱਲਿਆ ਤੇ ਰੱਬੇ ਜਲੀ ਨਹੀਂ, ਫਿਕਰ ਮੇਰੇ ਵੱਲੋਂ ਹਬੀਬਾ ਬਚਾ ਲਿਆ, ਜੇ ਮੈਨੂੰ ਮਨਾਉਣਾ ਹੀ ਤੇ ਇਹਨੂੰ ਮਨਾ ਲੈ, ਅੱਲਾ ਫਰਮਾਉਂਦੇ ਨੇ ਮਤੇ ਕੋ ਕੱਲ ਨੂੰ ਇਹ ਨਾ ਸਮਝ ਜਾ ਕਿ ਹੁਸੈਨ ਤੋਂ ਬਗੈਰ ਨਮਾਜ਼ ਹੋ ਜਾਏ। ਸੁਭਾਨ, ਮੁਹੰਮਦ ਵਾਲੇ ਮੁਹੰਮਦ ਤੋਂ ਬਗੈਰ ਨਮਾਜ਼ ਨਹੀਂ ਹੁੰਦੀ, ਇਹਨਾਂ ਤੇ ਦਰੂਦ ਨਾ ਪੜੀਏ ਤੇ ਨਮਾਜ਼ ਹੁੰਦੀ ਹੀ ਨਹੀਂ। ਤੇ ਇੱਥੇ ਅੱਲਾ ਫਰਮਾਉਂਦੇ ਨੇ ਕਈ ਸ਼ੱਕ ਕਰਨੇ ਕਿਹੜਾ ਸ਼ੱਕ ਮੇਰੇ ਵੇ ਦੁਨੀਆ ਨੂੰ ਮੈਂ ਕੋਲ ਹੁਸੈਨ ਬਾਦਸ਼ਾਹ ਬੋਲਤੇ ਕੁਰਾਨ, ਦੀਨ ਕਾ ਐ ਨਿਗਹਿਬਾਨ ਲੀਏ ਬੈਠੀ ਹੈ, ਅਜ਼ਮਤੋ ਅਜ਼ਮਤ ਕਾ ਸੁਲਤਾਨ ਲੀਏ ਬੈਠੀ ਹੈ, ਐਸਾ ਕੁਰਾਨ ਜੋ ਜਬਰੀਲ ਕਾ ਮੋਹਤਾਜ ਨਹੀਂ, ਫਾਤਿਮਾ ਗੋਦ ਮੇ ਕੁਰਾਨ ਲੀਏ ਬੈਠੀ ਹੈ। ਇਹ ਕੁਰਾਨ ਵਾਲਿਆਂ ਦੇ ਵੇੜੇ ਚੜ੍ਹ ਗਏ, ਉਹ ਸਾਡੇ ਅੰਦਰ ਨੂੰ ਵੀ ਜਾਣਦੇ ਨੇ, ਸਾਡੇ ਬਾਹਰ ਨੂੰ ਵੀ ਜਾਣਦੇ, ਉਹ ਹੀ ਤੇ ਜਾਣਦੇ ਨੇ, ਅਸੀਂ ਆਪਣੇ ਆਪ ਨੂੰ ਵੀ ਨਹੀਂ ਜਾਣਦੇ ਸੀ। ਜੋ ਜਾਣਦੇ ਨੇ ਪੰਜ ਤੱਕ ਬੁਲਾ ਕੇ ਜਾਣਦੇ ਨੇ, ਸਾਡੇ ਵਕਤ ਨੂੰ ਜਾਣਦੇ, ਸਾਡੀ ਇੱਜ਼ਤ ਨੂੰ ਜਾਣਦੇ, ਸਾਡੇ ਰਿਜ਼ਕ ਨੂੰ, ਸਾਡੇ ਅਮਾਲਾਂ ਨੂੰ, ਸਾਡੇ ਦੁਨੀਆ, ਅਤੇ ਅਸੀਂ ਦੁਆ ਕਰ ਰਹੇ ਹਾਂ ਸਾਨੂੰ ਉਹ ਜਾਣਦੇ ਨੇ, ਸਾਡੀ ਉਹਨਾਂ ਨਾਲ ਹੀ ਗੱਲ ਹੈ। ਅਤੇ ਸਰਕਾਰ ਨਾਲ ਗੱਲ ਕਰੇ ਅੱਜ ਮੁਬਾਰਕ, ਅੱਜ ਰਲ ਕੇ ਮੇਰੇ ਸਾਰੇ ਬਾਦਸ਼ਾਹ ਦੇ ਵਿਹੜੇ 'ਚ ਅਤੇ ਪੰਜ ਤਨ ਪਾਤ ਦੇ ਵਿਹੜੇ ਨੂੰ ਅੱਜ ਮੁਬਾਰਕ ਦੇਣੀ ਹੈ, ਕਿਉਂਕਿ ਅੱਜ ਬੜੀ ਖੁਸ਼ੀ ਦਾ ਦਿਨ ਹੈ, ਅੱਜ ਈਦ ਤੋਂ ਵੀ ਵੱਡਾ ਦਿਨ ਹੈ। ਕਿਹੜਾ Thank you.
ਤੇ ਅਜੇ ਖੁਸ਼ ਕਿਹੜਾ ਕਿਹੜਾ ਸਭ ਤੋਂ ਵੱਡਾ ਪਹਿਲੇ ਵੱਡਾ ਖੁਸ਼ ਹਾਂ ਰੱਬ ਖੁਸ਼ ਹਾਂ Yeah.